ਲਾਸ ਐਂਜਲਸ ਸੇ ਯੂ ਐਸ اے ਦਾ ਇੱਕ ਵੱਡਾ ਤੇ ਮਹੱਤਵਪੂਰਨ ਸ਼ਹਿਰ ਹੈ ਜਿਵੇਂ ਨਿਊਯਾਰਕ ਡੰਡੀ ਪਰੰਤੋ ਇੱਥੇ ਅਸੀਂ ਗੱਲ ਲਾਸ ਐਂਜਲਸ ਬਾਰੇ ਕਰ ਰਹੇ ਹਾਂ ਡੰਡੀ ਲਾਸ ਐਂਜਲਸ ਦਾ ਪਸਾਰਾ ਨਿਊਯਾਰਕ ਤੋਂ ਵੀ ਵਧੇਰੇ ਹੈ ਡੰਡੀ ਲਾਸ ਐਂਜਲਸ ਵਿੱਚ ਸਾਰਾ ਸਾਲ ਬਾਰਿਸ਼ ਹੁੰਦੀ ਹੈ ਡੰਡੀ ਇਹ ਸਾਂ ਣੋਖੇ ਸ਼ਹਿਰ ਦੇ ਨਦੀਕ ਹੀ ਕੁਝ ਐਸੀਆਂ ਸੁਕੀਆਂ ਪਹਾੜੀਆਂ ਹਨ ਜਿਨ੍ਹਾਂ ਉੱਤੇ ਕੁਦਰਤੀ ਹਰਿਆਵਲ ਬਹੁਤ ਹੈ ਘਟ ਹੈ ਡੰਡੀ ਇਹਨਾਂ ਪਹਾੜੀਆਂ ਵਿੱਚੋਂ ਇੱਕ ਦਾ ਨਾਮ ਬੈਵਰਲੀ ਹਿੱਲ ਹੈ ਜਿੱਥੇ ਸਥਾਨਿਕ ਫਿਲਮੀ ਹਸਤੀਆਂ ਦੇ ਵੱਸੋਂ ਹੈ ਡੰਡੀ ਉਹਨਾਂ ਦੇ ਆਪਣੇ ਹੀ ਪ੍ਰਾਈਵੇਟ ਸਿਕਿਉਰਿਟੀ ਗਾਰਡ ਹਨ ਡੰਡਿੰਗ ਲਾਸ ਐਂਜਲਸ ਸ਼ਹਿਰ ਕੈਲੀਫੋਰਨੀਆ ਸੂਬੇ ਵਿੱਚ ਸਥਿਤ ਹੈ ਡੰਡਿੰਗ ਭਾਰਤ ਦੇ ਪੰਜਾਬ ਰਾਜ ਵਾਂਗ ਕੈਲੀਫੋਰਨੀਆ ਅਮਰੀਕਾ ਵਿੱਚ ਦੂਜੇ ਰਾਜਾਂ ਨਾਲੋਂ ਕਈ ਗੁਣਾ ਵੱਧ ਅਨਾਜ ਪੈਦਾ ਕਰਦਾ ਹੈ ਡੰਡਿੰਗ ਕੈਲੀਫੋਰਨੀਆ ਵਿੱਚ ਰਹਿੰਦਾ ਹਰ ਪ੍ਰਾਣੀ ਇੱਕ ਸਾਲ ਵਿੱਚ ਭਾਂਤ ਭਾਂਤ ਤੰਦੇ ਮੌਸਮਾਂ ਦਾ ਆਨੰਦ ਮਾਣਦਾ ਹੈ ਮੰਨਦਾ ਹੈ ਜਿਵੇਂ ਅਸੀਂ ਪੰਜਾਬ ਵਿੱਚ ਮੰਨਦੇ ਹਾਂ ਡੰਡੀ ਪੰਜਾਬ ਸੂਬੇ ਵਾਂਗ ਕੈਲੀਫੋਰਨੀਆ ਵਿੱਚ ਹਰ ਤਰ੍ਹਾਂ ਦੇ ਫਲ ਪੈਦਾ ਹੁੰਦੇ ਹਨ ਡੰਡੀ ਜਿਵੇਂ ਪਿਸਤਾ ਬਦਾਮ, ਚੈਰੀ, ਅਖਰੋਟ, ਖੁਮਾਨੀ ਅਤੇ ਆੜੂ ਆਦਾਂ ਡੰਡੀ ਇਹ ਉੱਤਰੀ ਕੈਲੀਫੋਰਨੀਆ ਦੇ ਫਲ ਹਨ ਜਿਵੇਂ ਕਿ ਦੱਖਣੀ ਕੈਲੀਫੋਰਨੀਆ ਵਿੱਚ ਮਾਲਟੇ, ਸੰਗਤਰੇ, ਹਦਵਾਨੇ ਤੇ ਖਰਬੂਜੇ ਆਦ ਵੱਡੇ ਪੱਦਰ ਤੇ ਪੈਦਾ ਹੁੰਦੇ ਹਨ ਡੰਡੀ ਲਾਸ ਐਂਜਲਸ ਇੱਕ ਬਹੁਤ ਵੱਡਾ ਉਦਯੋਗਿਕ ਕੇਂਦਰ ਵੀ ਹੈ ਡੰਡੀ ਇੱਥੇ ਉਨਤ ਅਤੇ ਮਾਡਰਨ ਹਵਾਈ ਜਹਾਜ਼ ਬਣਾਉਣ ਦੇ ਕੇਂਦਰ ਉੱਚੇ ਪੱਧਰ ਤੇ ਕਾਰੋਬਾਰ ਚਲਾ ਰਹੇ ਹਨ ਡੰਡੀ ਇਥੋਂ ਦੀਆਂ ਕੰਪਨੀਆਂ ਪਾਸ ਸਾਰੇ ਵਿਸ਼ਵ ਨਾਲੋਂ ਹਵਾਈ ਜਹਾਜ਼ਾਂ ਦੀ ਮੰਗ ਹੈ ਡੰਡੀ ਇਨ੍ਹਾਂ کارਖਾਨਿਆਂ ਵਿੱਚ ਤਕਨੀਕੀ ਮਾਹਿਰ ਅਤੇ ਹੋਰ ਅਮਲਾ ਮੋਟੀਆਂ ਤਨਖਾਹਾਂ ਲੈਂਦਾ ਅਤੇ ਆਪਣਾ ਜੀਵਨ ਪੱਧਰ ਉੱਚਾ ਅਤੇ ਆਧੁਨਿਕ ਪ੍ਰਕਾਰ ਦਾ ਰੱਖਣ ਵਿੱਚ ਹਿਚਕ ਚਾਹਟ ਨਹੀਂ ਰੱਖਦਾ ਡੰਡੀ ਇਥੋਂ ਦਾ ਹਵਾਈ ਅੱਡਾ ਅਮਰੀਕਾ ਦੇ ਪੱਛਮੀ ਤੱਟ ਦਾ ਸਭ ਤੋਂ ਮਸ਼ਹੂਰ ਹੈ ਡੰਡੀ ਇਥੋਂ ਦੁਨੀਆ ਦੇ ਮਸ਼ਹੂਰ ਦੇਸ਼ਾਂ ਵੱਲ ਨੂੰ ਹਰ ਰੋਜ਼ ਉਡਾਨਾਂ ਭਰਦੇ ਹਵਾਈ ਜਹਾਜ਼ ਦੇਖੇ ਜਾਂਦੇ ਹਨ ਜਿਵੇਂ ਸਿੰਗਾਪੁਰ ਥਾਈਲੈਂਡ ਹੈ ਚੀਨ ਹੈ ਜਾਪਾਨ ਆਸਟ੍ਰੇਲੀਆ ਨਿਊਜ਼ੀਲੈਂਡ ਆਦ ਡੰਡਿੰਗ ਨੇੜੇ ਹੀ ਇੱਕ ਹੋਰ ਅਹਿਮ ਸ਼ਹਿਰ ਹੈ ਹਾਲੀਵੁੱਡ ਹੈ ਡੰਡਿੰਗ ਜੋ ਅਮਰੀਕਾ ਦਾ ਸਭ ਤੋਂ ਮਸ਼ਹੂਰ ਫਿਲਮੀ ਕੇਂਦਰ ਹੈ ਡੰਡਿੰਗ ਹਾਲੀਵੁੱਡ ਦੀਆਂ ਫਿਲਮਾਂ ਸਭ ਤੋਂ ਵੱਡੇ ਦੇਸ਼ਾਂ ਵਿੱਚ ਵਿਖਾਈਆਂ ਜਾਂਦੀਆਂ ਹਨ ਡੰਡਿੰਗ ਇੱਥੇ ਅਣਗਿਣਤ ਸਟੂਡੀਓ ਜਿੱਥੇ ਹਮੇਸ਼ਾ ਫਿਲਮਾਂ ਦਾ ਨਿਰਮਾਣ ਜਾਰੀ ਰਹਿੰਦਾ ਹੈ ਡੰਡਿੰਗ ਯੂਨੀਵਰਸ ਸਟੂਡੀਓ ਸਭ ਤੋਂ ਮਸ਼ਹੂਰ ਹੈ ਡੰਡਿੰਗ ਇੱਥੇ ਸ਼ੂਟਿੰਗ ਹੀ ਹੁੰਦੀ ਹੈ ਅਤੇ ਉਤਸੁਕ ਲੋਕਾਂ ਨੂੰ ਸਟੂਡੀਓ ਵਖਾਣ ਦਾ ਵੀ ਤਸੱਲੀ ਬਖਸ਼ ਪ੍ਰਬੰਧ ਹੈ ਡੰਡਿੰਗ ਹਾਲੀਵੁੱਡ ਦੀ ਇੱਕ ਸੜਕ ਦਾ ਨਾਮ ਹੈ ਵਾਕ ਆਫ ਫੇਮ ਜਿੱਥੇ ਫਿਲਮੀ ਖੇਤਰ ਦੇ ਤਕਨੀਕੀ ਮਾਹਰਾਂ ਅਤੇ ਹੋਰ ਫਿਲਮੀ ਸਤਾਰਿਆਂ ਦਾ ਨਾਮ ਫਰਸ਼ ਤੇ ਉਕਰੇ ਹੋਏ ਹਨ ਡੰਡੀ ਇਸ ਸਥਾਨ ਤੇ ਅਨੇਕਾਂ ਚਿੱਤਰਕਾਰ ਵੀ ਰਹਿੰਦੇ ਹਨ ਜੋ ਫਿਲਮੀ ਸਤਾਰਿਆਂ ਦੇ ਮਨਮੋਹਣੇ ਚਿੱਤਰ ਬਣਾ ਕੇ ਵੇਚਦੇ ਹਨ ਅਤੇ ਆਪਣੀ ਰੋਜੀ ਰੋਟੀ ਕਮਾਉਂਦੇ ਹਨ ਟੈਂਡਿੰਗ ਹਾਲੇ ਵੱਡੇ ਵਖੇ ਫਿਲਮੀ ਸਤਾਰਿਆਂ ਦੇ ਜੋ ਬੰਗਲੇ ਅਤੇ ਕੋਠੀਆਂ ਹਨ ਉਹਨਾਂ ਦੀ ਕੀਮਤ ਲੱਖਾਂ ਨਹੀਂ ਸਗੋਂ ਕਰੋੜਾਂ ਡਾਲਰ ਤੱਥ अनुमानि जा सकदे है डंडिंग लॉस एंजेलस ਵਿੱਚ بارش ਕੇਵਲ 12 ਇੰਚ ਦੇ ਕਰੀਬ ਹੀ ਸਾਲ ਵਿੱਚ ਹੁੰਦੀ ਹੈ ਜਦੋਂ ਕਿ ਬਾਕੀ ਸ਼ਹਿਰਾਂ ਵਿੱਚ 50 ਇੰਚ ਤੱਕ ਹੋ ਜਾਂਦੀ ਹੈ डंडिंग ਘਟ بارش ਹੋਣ ਕਾਰਨ ਇੱਥੇ ਹਰਿਆਵਲ ਤੇ ਤਾਜ਼ਗੀ ਰੱਖਣ ਲਈ ਪਾਣੀ ਦਾ ਛਿੜਕਾ ਕਰਨਾ ਪੈਂਦਾ ਹੈ डंडिंग ਇੱਥੇ ਮਕਾਨਾਂ ਵਿੱਚ ਸਵੀਮਿੰਗ ਪੂਲ ਵੀ ਹਨ ਅਤੇ ਮਕਾਨਾਂ ਦੇ ਨਮੂਨੇ ਵੱਖਰੀ ਵੱਖਰੀ ਕਿਸਮ ਦੇ ਹਨ ਡੰਡਿੰਗ ਲਾਸ ਐਂਜਲਸ ਵਿੱਚ ਪਹਾੜ ਮੈਦਾਨ ਅਤੇ ਸਮੁੰਦਰੀ ਤੱਟ ਵੀ ਹਨ ਡੰਡਿੰਗ ਇਨ੍ਹਾਂ ਇਲਾਕਿਆਂ ਵਿੱਚ ਪੁਲਿਸ ਦੇ ਹੈਲੀਕਾਪਟਰ ਆਮ ਕਰਕੇ ਗਸ਼ਤ ਲਾਉਂਦੇ ਰਹਿੰਦੇ ਹਨ ਡੰਡਿੰਗ ਇਸ ਸ਼ਹਿਰ ਵਿਚ ਯੂਨੀਵਰਸਟੀਆਂ ਦੀ ਘਾਟ ਵੀ ਨਹੀਂ ਹੈ ਪਰ ਸਭ ਤੋਂ ਮਸ਼ਹੂਰ ਤੇ ਉੱਚ ਪਾਏ ਦੀਆਂ ਯੂਨੀਵਰਸਟੀਆਂ ਹਨ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਅਤੇ ਯੂਨੀਵਰਸਿਟੀ ਆਫ ਸਰਦਨ ਕੈਲੀਫੋਰਨੀਆ ਡੰਡਿੰਗ ਇਸ ਇਲਾਕੇ ਦੇ ਸਰਦੀ ਦੇ ਮੌਸਮ ਵਿੱਚ ਕਹਰਾ ਦੀ ਠੰਡ ਪੈਂਦੀ ਹੈ ਡੰਡਿੰਗ ਇਸ ਗਰਮੀਆਂ ਦਾ ਮੌਸਮ ਵੀ ਸੁਹਾਵਣਾ ਹੁੰਦਾ ਹੈ ਡੰਡੀ ਅਮਰੀਕਾ ਦੇ ਹੋਰ ਸ਼ਹਿਰਾਂ ਦੀ ਤਰ੍ਹਾਂ ਇੱਥੇ ਵੀ ਭਾਰਤੀ ਮੂਲ ਦੇ ਲੋਕ ਕਾਫੀ ਰਹਿੰਦੇ ਹਨ ਡੰਡੀ